ਔਰ ਮਿਲਿਆ ਕੀ ਸਾਨੂੰ? ਚਾਰ ਗਨਮੈਨ ਦਿੱਤੇ, ਫਿਰ ਅਸੀਂ ਬਲਤੇਜ ਪੰਨੂ ਦੇ ਖਿਲਾਫ ਆ ਦਿਓ ਪੋਸਟ ਕਿੱਥੇ ਹੈ? ਆ ਪੜੋ ਪੋਸਟ, 28 ਤਰੀਕ ਨੂੰ ਵਿਵਾਦਤ ਗਾਇਕ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ। ਅਗਲੇ ਦਿਨ ਜਦੋਂ ਉਹ ਮਾਰਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਖਬਰ ਇਹਨਾਂ ਦੀ ਆ ਜਾਂਦੀ ਹੈ। ਦੱਸੋ ਸਿਕਿਉਰਿਟੀ ਕਿਹਨੇ ਲੀਕ ਕੀਤੀ? ਕੀ ਗੈਂਗਸਟਰਾਂ ਨੂੰ ਅਨਾਊਂਸ ਕਰਕੇ ਦੱਸਿਆ ਗਿਆ ਵੀ ਅੱਜ ਸਿੱਧੂ ਮੂਸੇਵਾਲਾ ਨੇ ਹੱਥ ਅੱਜ ਘਰੇ ਵੀ ਵੜ ਜਾਓ, ਜੇ ਮੇਰਾ ਪੁੱਤ ਜਵਾਰ ਕੇ ਨਾ ਕੇ ਰਹਿ ਜਾਂਦਾ ਤਾਂ ਉਹਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ ਵਿੱਚ ਦੀ ਗਦੇੜ ਸਿੱਟ ਕੇ ਮਾਰ ਦੇਣਾ ਸੀ, ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ। ਦੇਖੋ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ, ਸਾਡੀ ਪੋਜੀਸ਼ਨ ਦੇਖੋ ਕਿਹੋ ਜਿਹੀ ਹੈ। ਮੈਂ ਦੱਸੋ ਕੀ ਗਲਤ ਕੰਮ ਕਰਨਾ ਹੋ ਕਿ ਮੈਂ ਆਪਦੇ ਜਵਾਨ ਪੁੱਤ ਦੀ ਪੈਰਵਾਈ ਕੇਸ ਦੀ ਨਾ ਕਰਾਂ? 18 ਤਰੀਕ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੈਨੂੰ ਮਾਰ ਦਿਆਂਗੇ, ਇਹੋ ਜਿਹਾ ਪ੍ਰਸ਼ਾਸਨ ਹੈ? ਅੱਛਾ ਜੇ ਹੁਣ ਉਸ ਬੰਦਾ ਉਹ ਜੋਧਪੁਰ ਤੋਂ ਬੰਦਾ ਰਹਿਣ ਵਾਲਾ ਫੜ ਲਿਆ ਅੱਗੇ ਜੀ ਉਹ ਨਵਾਲਗ ਹੈ, ਨਵਾਲਗ ਭਾਵੇਂ ਮੇਰੇ ਗੋਲੀ ਮਾਰ ਕੇ ਵੀ ਚਲਾ ਜਾਵੇ ਕੋਈ ਕ੍ਰਾਈਮ ਨਹੀਂ। ਮੇਰੇ ਬੱਚੇ ਨੇ ਬਹੁਤ ਹੱਥ ਬੰਨੇ ਸਿਕਿਉਰਿਟੀਆਂ ਲਈ, ਆ ਪਿੱਛੇ ਰੰਧਾਵਾ ਸਾਹਿਬ ਬੈਠੇ ਨੇ, ਮੈਨੂੰ ਕਹਿ ਦਿੰਦੇ ਨੇ ਤੁਸੀਂ ਕੋਈ ਕਾਂਗਰਸੀ ਸਟੰਟ ਕਹੂ ਕੋਈ ਕੁਛ ਕਹੂਗਾ, ਪਰ ਜਿੰਨਾ ਚਿਰ ਰਹੀ ਮੇਰਾ ਬੱਚਾ ਬਚਾ ਲਿਆ। ਜਿੱਦਾਂ ਸਰਕਾਰ ਬਦਲ ਗਈ ਵੀਰੋ ਮੈਂ ਕੱਖੋਂ ਹੌਲਾ ਹੋ ਕੇ ਬਹਿ ਗਿਆ। ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ, ਜਿਹੜੀ ਗੱਲ ਕਰੀ ਹੈ ਕਿਸੇ ਨੇ ਮਦਦ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।